channel i am here with another video so this is the second part of the previous video pichli video da second part hai gaya jivein ki aap apne pichli video de vich padhya siga ke kendra padar de utte jo shiksha prashasan da tancha hai gaya oh kis prakar hunde hai aur kis prakar usdi working hundi hai te ajj aap padange educational administration structure at state level that is raj padd de utte ajj aap hum jo shiksha prashasan da tancha hai gaya us de bare

ਜੋ ਸੂਲ ਸਿੱਖਿਆ ਮੰਤਰੀ ਹੁੰਦਾ ਆ ਇਸ ਦੀ ਸਹਾਇਤਾ ਲਈ ਆਪਣੇ ਕੋਲ ਰਾਜ ਮੰਤਰੀ ਵੀ ਹੁੰਦਾ ਤੇ ਜੋ ਸੂਲ ਸਿੱਖਿਆ ਮੰਤਰੀ ਆ ਉਹ ਰਾਜ ਮੰਤਰੀ ਤੋਂ ਸਿੱਖਿਆ ਪ੍ਰਾਪਤ ਕਰ ਸਕਦਾ ਆ ਹੁਣ ਇਹਨਾਂ ਤੋਂ ਨੀਚੇ ਆ ਜਾਂਦੇ ਹੈਗੇ ਆਪਣੇ ਕੋਲ ਸਿੱਖਿਆ ਸਕੱਤਰ ਹੁਣ ਜੋ ਸਿੱਖਿਆ ਸਕੱਤਰ ਹੁੰਦਾ ਆ ਉਹ ਸਿੱਖਿਆ ਵਿਭਾਗ ਦਾ ਜੋ ਸਭ ਤੋਂ ਉੱਚਾ ਸਰਵ ਉੱਚ ਪ੍ਰਸ਼ਾਸਨਿਕ ਅਧਿਕਾਰੀ ਮੰਨਿਆ ਜਾਂਦਾ ਹੈਗਾ ਆ ਸੋ ਬੇਸਿਕਲੀ ਜੋ ਇਹ ਪ੍ਰਸ਼ਾਸਨਿਕ ਅਧਿਕਾਰੀ ਆਮ ਤੌਰ ਤੇ ਆਈਏਐਸ ਹੁੰਦਾ ਆ ਇਸ ਦੀ ਸਹਾਇਤਾ ਲਈ ਆਪਣੇ ਕੋਲ ਹੁੰਦੇ ਨੇ ਸਯੁਕਤ ਸਕੱਤਰ ਅਧੀਨ ਸਕੱਤਰ ਅਤੇ ਸਹਾਇਕ ਸਕੱਤਰ ਤੇ ਇਹ ਜਿਹੜੇ ਸਕੱਤਰ ਹੁੰਦੇ ਨੇ ਸਿੱਖਿਆ ਸਕੱਤਰ ਹੁੰਦੇ ਨੇ ਇਹ ਚਾਰ ਵੱਖ-ਵੱਖ ਅਲੱਗ-ਅਲੱਗ ਡਿਪਾਰਟਮੈਂਟ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਨੇ ਤੇ ਆਪਣੇ ਕੋਲ ਜੋ ਸਭ ਤੋਂ ਪਹਿਲਾ ਆ ਆਂਦਾ ਹੈਗਾ ਆ ਸਭ ਤੋਂ ਪਹਿਲੇ ਟਾਈਪ ਆਂਦੀ ਆਪਣੇ ਕੋਲ ਉਹ ਹੈਗੀ ਹੈ डी कॉलेज आई कॉलेज अपने को सैकेंडरी सिक्सरी सिक्सआई सब तो नीचे अपने मंडल है अफसर मंडल सिक्ख्या अफसर तो नीचे काम कर दिया उप मंडल सिक्स अफसर दन अपने को आता है जिला सिक्स अफसर सिक्स उस तो नीचे उप जिला सिक्स अफसर ਸੈਕੰਡਰੀ ਸਿੱਖਿਆ ਦੈਨ ਸਕੂਲ ਮੁਖੀ اور ਲਾਸਟ ਵਿੱਚ ਸਕੂਲ ਲੈਕਚਰ ਅਧਿਆਪਕ ਅਤੇ ਹੋਰ ਆਮਲਾ ਨੈਕਸਟ ਟਾਈਪ ਆ ਜਾਂਦੀ ਹੈ ਗਿਆ ਐਲੀਮੈਂਟਰੀ ਸਿੱਖਿਆ ਦੀ ਇਹ ਸੈਕੰਡਰੀ ਸਿੱਖਿਆ ਸੀ ਹੁਣ ਆਪਾਂ ਗੱਲ ਕਰਾਂਗੇ ਐਲੀਮੈਂਟਰੀ ਸਿੱਖਿਆ ਦੀ ਐਲੀਮੈਂਟਰੀ ਸਿੱਖਿਆ ਵਿੱਚ ਸਭ ਤੋਂ ਉੱਪਰ ਹੁੰਦਾ ਹੈ ਡੀਪੀਆਈ ਫਿਰ ਆਪਣੇ ਕੋਲ ਹੁੰਦਾ ਹੈ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਦੈਨ ਆਪਣੇ ਕੋਲ ਹੁੰਦਾ ਹੈ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਫਿਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ हेड टीचर फिर हेड टीचर और एंड भी चाहते हैं अपने को टी टी ते बी टी टीचर एंड द लास्ट वन इज निर्देशक दैट इज एस सी आर टी इस अंडर कम करते हैं डाइट सरकारी एंड सर्विस ट्रेनिंग सेंटर तो यह एजुकेशन एडमिनिस्ट्रेशन जो स्ट्रक्चर से स्टेट लैवल

ਸ਼ਿੱਖਿਆ ਮੰਤਰਾਲਾ ਦੈਟ ਇਜ਼ ਮਿਨਿਸਟਰੀ ਆਫ ਐਜੂਕੇਸ਼ਨ ਇਹ ਕੀ ਹੈ ਔਰ ਇਸੇ ਕੰਮ ਕਰਨ ਦੇ ਕੀ ਤਰੀਕੇ ਨੇ ਇਸ ਚਾਪਨ ਨੂੰ ਬੇਸਿਕਲੀ ਤਿੰਨ ਗੱਲਾਂ ਬਹੁਤ ਹੀ ਜ਼ਿਆਦਾ ਧਿਆਨ ਚ ਰੱਖਣੀਆਂ ਨੇ ਉਹ ਕੀ ਕਿਹੜੀਆਂ ਨੇ ਇੱਕ ਤਾਂ ਸੁਤੰਤਰ ਮੰਤਰਾਲਾ ਦੋ ਮੰਤਰੀ ਰਾਜ ਮੰਤਰੀਦੋਂ ਸਹਾਇਤਾ ਪ੍ਰਾਪਤ ਹੁਣ ਸਭ ਤੋਂ ਪਹਿਲਾ ਆਪਣੇ ਕੋਲ ਕੀ ਸੁਤੰਤਰ ਮੰਤਰਾਲਾ ਦੈਟ ਇਜ਼ ਕਿ ਰਾਜ ਪੱਧਰ ਤੇ ਅ ਸਟੇਟ ਲੈਵਲ ਤੇ ਜੋ ਸਿੱਖਿਆ ਦਾ ਪ੍ਰਸ਼ਾਸਨ ਹੈਗਾ ਆ ਉਹ ਇੱਕ ਸੁਤੰਤਰ ਮੰਤਰਾਲੇ ਦੇ ਅਧੀਨ ਚਲਾਇਆ ਜਾਂਦਾ ਸੋ ਉਹ ਇੱਕ ਸੁਤੰਤਰ ਮੰਤਰਾਲੇ ਅਧੀਨ ਉਹ ਕੰਮ ਕਰਦਾ ਆ ਜਿਹੜਾ ਉਹ ਸੁਤੰਤਰ ਮੰਤਰਾਲਾ ਹੁੰਦਾ ਆ ਉਸ ਨੂੰ ਆਪਾਂ ਕਹਿੰਦੇ ਹੈਗੇ ਸਿੱਖਿਆ ਮੰਤਰਾਲਾ ਹੁਣ ਜੋ ਸਿੱਖਿਆ ਮੰਤਰਾਲਾ ਹੁੰਦਾ ਆ ਇਸ ਦੇ ਦੋ ਮੰਤਰੀ ਹੁੰਦੇ ਨੇ ਇੱਕ ਹੁੰਦਾ ਉਚੇਰੀ ਸਿੱਖਿਆ ਮੰਤਰੀ ਇੱਕ ਹੁੰਦਾ ਸਕੂਲ ਸਿੱਖਿਆ ਮੰਤਰੀ ਜਿਵੇਂ ਕਿ ਆਪਾਂ ਪਿੱਛੇ ਪੜਿਆ ਸੀਗਾ ਇਸ ਦੇ ਦੋ ਮੰਤਰੀ ਹੁੰਦੇ ਨੇ ਉਚੇਰੀ ਸਿੱਖਿਆ ਮੰਤਰੀ ਔਰ ਸਕੂਲ ਸਿੱਖਿਆ ਮੰਤਰੀ ਨੈਕਸਟ ਇਸ ਆਪਾਂ ਨੂੰ ਇਹ ਧਿਆਨ ਰੱਖਣੀ ਹੈ ਕਿ ਜੋ ਸਕੂਲ ਸਿੱਖਿਆ ਮੰਤਰੀ ਹੁੰਦੇ ਆ ਉਸ ਦੀ ਸਹਾਇਤਾ ਲਈ ਆਪਣੇ ਕੋਲ ਰਾਜ ਮੰਤਰੀ ਹੁੰਦਾ ਤਾਂ ਰਾਜ ਮੰਤਰੀ ਤੋਂ ਵੀ ਉਹ ਸਹਾਇਤਾ ਪ੍ਰਾਪਤ ਕਰ ਸਕਦਾ ਹੈ ਸੋ ਇਹ ਤਾਂ ਸਿੱਗੇ ਜੋ ਆਪਾਂ ਨੂੰ ਮਿਨਿਸਟਰ ਆਫ ਐਜੂਕੇਸ਼ਨ ਚ ਯਾਦ ਕਰਨ ਦੇ ਲੋੜ ਹੈ ਨੈਕਸਟ ਆਪਾਂ on ਪਰਦੇ ਇਸ ਦੇ ਕੀ ਕੀ ਰੋਲਸ ਨੇ ਸਭ ਤੋਂ ਪਹਿਲਾ ਰੋਲ ਇਸ ਦਾ ਸਭ ਤੋਂ ਪਹਿਲਾ ਕੰਮ ਇਸ ਦਾ ਇਹ ਹੁੰਦਾ ਹੈ ਕਿ ਸਿੱਖਿਆ ਨੀਤੀ ਦਾ ਜੋ ਨਿਰਮਾਣ ਹੈਗਾ ਉਹ ਕਰਨਾ ਅਤੇ ਉਸ ਨੂੰ ਲਾਗੂ ਕਰਨਾ ਵੀ ਜਿੰਨੀਆਂ ਵੀ ਐਜੂਕੇਸ਼ਨ ਰਿਲੇਟਡ ਪਾਲਿਸਿਜ਼ ਹੁੰਦੀਆਂ ਨੇ ਉਹ ਕਿੱਥੋਂ ਬਣ ਕੇ ਆਉਂਦੀਆਂ ਨੇ ਸਿੱਖਿਆ ਮੰਤਰਾਲੇ ਤੋਂ ਔਰ ਕਿੱਥੋਂ ਲਾਗੂ ਹੁੰਦੀ ਹੈ ਸਿੱਖਿਆ ਮੰਤਰਾਲੇ ਤੋਂ ਇਸ ਲਈ ਬਹੁਤ ਹੀ ਇੰਪੋਰਟੈਂਟ ਰੋਲ ਹੈਗਾ। ਨੈਕਸਟ ਆਪਣੇ ਕੋਲ ਆਨੇ ਹੈਗੇ ਰਾਜ ਦੇ ਵਿਦਿਆਕਮਾ ਜਿਨ੍ਹਾਂ ਵੀ ਐਜੂਕੇਸ਼ਨ ਰਿਲੇਟਡ ਵਰਕਸ ਨੇ ਸੋ ਉਹਨਾਂ ਨੂੰ ਇੱਕ ਯੋਗ ਅਗਵਾਈ ਪ੍ਰਦਾਨ ਕਰਨਾ। ਨੈਕਸਟ ਰੋਲ ਆਪਣੇ ਕੋਲ ਆਂਦਾ ਹੈਗਾ ਕਿ ਵਿਦਾਨ ਸਭਾ ਨੂੰ ਸਿੱਖਿਆ ਸੰਬੰਧੀ ਪੁੱਛੇ ਗਏ ਪ੍ਰਸ਼ਨਾਂ ਦਾ ਉੱਤਰ ਦੇਣਾ ਅਤੇ ਇਸ ਸੰਬੰਧੀ ਜ਼ਰੂਰਤਾਂ ਲਈ ਸਲਾਹ ਦੇਣਾ ਵਿਦਾਨ ਸਭਾ ਵਿੱਚ ਜਿੰਨੇ ਵੀ ਕੁਐਸ਼ਨ ਰੇਜ਼ ਹੁੰਦੇ ਨੇ ਐਜੂਕੇਸ਼ਨ ਨੂੰ ਲੈ ਕੇ ਉਹਨਾਂ ਲਈ ਕੌਣ ਅਨਸਰਵੇਬਲ ਹੁੰਦੇ ਆ ਉਹਨਾਂ ਨੂੰ ਕੌਣ ਉਸ ਦਾ ਉੱਤਰ ਦਿੰਦਾ ਹੈਗਾ ਉਹ ਹੁੰਦਾ ਹੈ ਮਿਨਿਸਟਰ ਆਫ ਐਜੂਕੇਸ਼ਨ दैट इज ਸਿੱਖਿਆ ਮੰਤਰੀ ਅਲਿਆ ਤੇ ਸਿੱਖਿਆ ਮੰਤਰਾਲੇ ਜਿੰਨੀ ਵੀ ਅ এডਿਕੇਸ਼ਨ ਜਿਹੜੇ ਲੋਰ ਹੈਗੇ ਜਿਹੜੀ ਜ਼ਰੂਰਤਾਂ ਹੈਗੀਆਂ ਉਹਨਾਂ ਨੂੰ ਪੂਰਾ ਕਰਨ ਲਈ ਜੋ ਸਲਾਹ ਹੈ ਸਲਾਹ ਹੋਗੇ ਸੁਜੈਸ਼ਨਸ ਹੋਗੇ ਉਹ ਵੀ ਸਿੱਖਿਆ ਮੰਤਰਾਲੇ ਦਿੰਦਾ ਹੈ ਕਿਸ ਨੂੰ ਵਿਦਾਨ ਮੰਡਲ ਨੂੰ ਨੈਕਸਟ ਆਪਣੇ ਕੋਲ ਆਉਂਦੇ ਹੈਗੇ ਸਿੱਖਿਆ ਸਮੱਸਿਆਵਾਂ ਅਤੇ ਲੋੜਾਂ ਵੀ ਸਿੱਖਿਆ ਸਮੱਸਿਆਵਾਂ ਜਿਨੀਆਂ ਵੀ ਉਸ ਪ੍ਰੋਬਲਮਸ ਆ ਰਹੀਆਂ ਹੈ ਜਾਂ ਜੋ ਜ਼ ਦੀ ਨੀਡਸ ਨੇ ਉਹਨਾਂ ਦਾ ਪੂਰਾ ਪੂਰਾ ਉਹ ਜਾਇਜ਼ਾ ਲੈਂਦਾ ਆ ਨੈਕਸਟ ਆਪਣੋਗਾਂ ਲੰਦਰ ਜਿੰਨੇ ਵੀ ਸਥਾਨਕ ਸਹਾਵਾਇਆ ਔਰ ਜੋ ਵੀ ਨਿਜੀ ਪ੍ਰਾਈਵੇਟ ਜੋ ਪ੍ਰਬੰਧ ਨੇ ਉਹਨਾਂ ਨੂੰ ਸਕੂਲ ਦੇ ਸੰਚਾਲਨ ਵਿੱਚ ਸਹਾਇਤਾ ਕਰਨਾ ਨੈਕਸਟ ਵਨ ਇਜ਼ ਸਿੱਖਿਆ ਸਮੱਸਿਆਵਾਂ ਨਾਲ ਸੰਬੰਧਿਤ ਜੋ ਖੋਜ ਕਰਿਆਵਾਂ ਨੇ ਉਹਨਾਂ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰਨਾ ਐਂਡ ਦ ਲਾਸਟ ਵਨ ਇਜ਼ ਕਿ ਰਾਜ ਦੇ ਜਿੰਨੇ ਵੀ ਵਿਦਿਕ ਪ੍ਰੋਗਰਾਮ ਪ੍ਰੋਗਰਾਮ ਨੇ ਉਹਨਾਂ ਪ੍ਰੋਗਰਾਮਾਂ ਵਿੱਚ ਤਾਲਮੇਲ ਸਤਪਿਤ ਕਰਨਾ ਔਰ ਵਿਪਨ ਪ੍ਰੋਗਰਾਮਾ ਦੇ ਨਤੀਜਿਆਂ ਦੀ ਜਾਂਚ ਕਰਨਾ ਇਹ ਤਾਂ ਸੀਗੇ ਮਿਨਿਸਟਰ ਆਫ এডਿਕੇਸ਼ਨ दैट इज ਸਿੱਖਿਆ ਮੰਤਰਾਲੇ ਦੇ ਰੋਲਸ ਹੁਣ ਆਪਾਂ ਨੈਕਸਟ ਪੜ੍ਹਦੇ ਹੈਗੇ ਹਾਂ ਹੁਣ ਆਪਾਂ ਪੜ੍ਹਾਂਗੇ ਸਿੱਖਿਆ ਸਕੱਤਰ ਬਾਰੇ दैट इज এডਿਕੇਸ਼ਨ ਸੈਕਟਰੀ ਬਾਰੇ ਹੁਣ এডਿਕੇਸ਼ਨ ਸਕੱਤਰ ਕੌਣ ਹੁੰਦਾ ਰਿਜ਼ਾ ਕੀ ਕੰਮ ਹੁੰਦਾ ਇਸ ਚੈਪਟਰ ਨੂੰ ਚਾਰ ਗੱਲਾਂ ਯਾਦ ਰੱਖਣੀਆਂ ਨੇ ਸਭ ਤੋਂ ਪਹਿਲਾਂ ਜੋ ਸਰਕਾਰ ਦੀਆਂ ਜੋ ਵਿਦਿਅਕ ਨੀਤੀਆਂ ਅਤੇ ਯੋਜਨਾਵਾਂ ਹੁੰਦੀਆਂ ਨੇ ਜੈਟ ਇਸ ਜਿਹੜੀ ਵੀ ਸਰਕਾਰ ਜੋ ਸਟੇਟ ਲੈਵਲ ਦੇ ਉੱਤੇ ਜੋ ਵੀ ਉਹ ਪੋਲਿਸੀਜ਼ ਔਰ ਪ੍ਰੋਗਰਾਮਸ ਬਣਾਉਂਦੀਆਂ ਨੇ ਸੋ ਸਿੱਖਿਆ ਸਕੱਤਰ ਦਾ ਕੰਮ ਹੁੰਦਾ ਹੈ ਕਿ ਉਹਨਾਂ ਸਾਰਿਆਂ ਨੂੰ ਲਾਗੂ ਕਰਨਾ ਨੈਕਸਟ ਆਪਮੋ ਕੋ ਲਾਂਦਾ ਹੈਗਾ ਜੋ ਸਿੱਖਿਆ ਵਿਭਾਗ ਦਾ ਸਰਵਉੱਚ ਪ੍ਰਸ਼ਾਸਨਿਕ ਅਧਿਕਾਰੀ ਥੈਟ ਇਜ਼ ਕਿ ਆਪਾਂ ਪਿੱਛੇ ਮੈਂ ਦੱਸਿਆ ਵੀ ਸੀਗਾ ਕਿ ਜੋ ਸਿੱਖਿਆ ਸਕੱਤਰ ਹੈਗਾ ਆ ਐਜੂਕੇਸ਼ਨ ਸਕੱਤਰੀ ਹੈ ਉਹ ਸਿੱਖਿਆ ਵਿਭਾਗ ਦਾ ਸਰਵਉੱਚ ਪ੍ਰਸ਼ਾਸਨਿਕ ਅਧਿਕਾਰੀ ਹੁੰਦਾ ਆ ਉਸ ਦੀ ਸਹਾਇਤਾ ਲਈ ਅੱਗੇ ਸਹਿਯੋਗ ਸਕੱਤਰ अधीन सहायक सकत्र भी होंगे जिम्मे मैं पिछले थोड़ा दसिया की सहायता लिए संयुक्त अधीन सहायक होर भी अगे नीचे जो निदेशक ने सख्या की हैल्प लिय ही होंगे ने प्रशासनिक अधिकारी अधिकारी है वो प्रशासनिक अधिकारी आम तौर पर आई ए एस हों हम आप पढ़ा इस ਰੋਲਸ ਬਾਰੇ ਕਿ ਇਸੇ ਕੀ ਕੰਮ ਨੇ ਸਿੱਖਿਆ ਸਕੱਤਰ ਦੇ ਜਿਵੇਂ ਕਿ ਆਪਾਂ ਸਭ ਤੋਂ ਉੱਪਰ ਪੜ੍ਹਾਈ ਸੀ ਕਿ ਸਰਕਾਰ ਦੀਆਂ ਵਿਦਿਅਕ ਨੀਤੀਆਂ ਤੇ ਯੋਜਨਾਵਾਂ ਨੂੰ ਲਾਗੂ ਕਰਨਾ ਤੋਂ ਸੇਮ ਇਸੇ ਸਭ ਤੋਂ ਪਹਿਲਾ ਰੋਲ ਦਾ ਆਈ ਹੈ ਵੀ ਸਰਕਾਰ ਵੱਲੋਂ ਜੋ ਵੀ ਨਿਸ਼ਚਿਤ ਜਿਹੜੇ ਵਿਦਿਅਕ ਪ੍ਰੋਗਰਾਮ ਨੇ ਉਹਨਾਂ ਨੂੰ ਇਹ ਲਾਗੂ ਕਰਦਾ ਆ ਸੈਕੰਡ ਆਪਣੇ ਕੋਲ ਆ ਜਾਂਦੀ ਹੈਗੀ ਮੰਤਰੀ ਤੇ ਨਿਰਦੇਸ਼ਾ ਵਿਚਕਾਰ ਇੱਕ ਕੜੀ ਹੁਣ ਜਿਵੇਂ ਕਿ ਆਪਾਂ ਦੇਖੋ ਜੋ ਇਹ ਸਿੱਖਿਆ ਮੰਤਰਾਲੇ ਔਰ ਜੋ ਮੰਤਰੀ ਹੈ ਇਹਨਾਂ ਦੇ ਹੇਠਾਂ ਆਉਂਦੇ ਆਪਣੇ ਕੋਲੇ ਨਿਰਦੇਸ਼ਕ ਮੰਤਰੀ ਔਰ ਇਹ ਨਿਰਦੇਸ਼ਕ ਇਹਨਾਂ ਦੇ ਵਿਚਕਾਰ ਆਂਦਾ ਹੈਗਾ ਆਪਣੇ ਕੋਲ ਸਿੱਖਿਆ ਸਕੱਤਰ ਥੈਟ ਇਜ਼ ਕਿ ਸਿੱਖਿਆ ਸਕੱਤਰ ਅੰਦਰ ਮੰਤਰੀ ਔਰ ਨਿਰਦੇਸ਼ਕ ਇਹਨਾਂ ਦੋਵਾਂ ਦੇ ਵਿਚਕਾਰ ਆਂਦਾ ਆ ਤੇ ਅਗਰ ਨੀਚੋਂ ਕੋਈ ਗੱਲ ਉੱਪਰ ਤੱਕ ਪਹੁੰਚਾਣੀ ਹੋਵੇ ਤਾਂ ਸਭ ਤੋਂ ਪਹਿਲਾਂ ਉਹ ਸਿੱਖਿਆ ਸਕੱਤਰ ਥੈਟ ਇਜ਼ ਐਜੂਕੇਸ਼ਨ ਸਕੱਟਰੀ ਨਾਲ ਪਹਿਲਾਂ ਉਹ ਗੱਲਬਾਤ ਕਰਨਗੇ ਤੇ ਐਜੂਕੇਸ਼ਨ ਸਕੱਟਰੀ ਜੋ ਹੈ ਉਹ ਉਹਨਾਂ ਦੀ ਗੱਲ ਅੱਗੇ ਉੱਪਰ ਪਹੁੰਚਾਉਂਦੇ ਆ ਅਗਰ ਉੱਪਰੋਂ ਕੋਈ ਲੈਟਰ ਹੇਠਾਂੇ ਪਹੁੰਚਾਣੀ ਹੋਵੇ ਤਾਂ ਸਿੱਖਿਆ ਮੰਤਰਾਲਾ ਪਹਿਲਾਂ ਸਿੱਖਿਆ ਸਕੱਤਰ ਨਾਲ ਗੱਲ ਕਰਦਾ ਹੈ ਉਸ ਤੋਂ ਲੈਟਰ ਜਾਂਦਾ ਹੈ ਔਰ ਸਿੱਖਿਆ ਸਕੱਤਰ ਉਸ ਤੋਂ ਬਾਅਦ ਹੇਠੇ ਲੈਟਰ ਸਾਰਿਆਂ ਨੂੰ ਸਾਰੇ ਨਿਰਦੇਸ਼ਕਾਂ ਨੂੰ ਪਹੁੰਚਾਉਂਦਾ ਹੈ ਥੈਟ ਇਜ਼ ਕਿ ਇਹ ਮੰਤਰੀ ਅਤੇ ਨਿਰਦੇਸ਼ਕ ਇਹਨਾਂ ਦੋਨਾਂ ਵਿਚਕਾਰ ਇਹ ਇੱਕ ਕੜੀ ਦਾ ਕੰਮ ਕਰਦਾ ਹੈ ਨੈਕਸਟ ਆਪਣੇ ਕੋਲ ਆਉਂਦਾ ਹੈ ਰੋਲ ਥੈਟ ਇਜ਼ ਕਿ ਰਾਜ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਉਲਿਕਨ ਦਾ ਕੰਮ ਵੀ ਜਿੰਨੇ ਵੀ ਰਾਜ ਨੇ ਜੋ ਨੀਤੀਆਂ ਨੇ ਜੋ ਪ੍ਰੋਗਰਾਮ ਨੇ ਜੋ ਕਿ ਵਿਦਿਆਨ ਨਾਲ ਸੰਬੰਧਿਤ ਨੇ ਉਹਨਾਂ ਨੂੰ ਇਹ ਉਲਿਕਨ ਦਾ ਉਲਿਕਨ ਦਾ ਕੰਮ ਵੀ ਕਰਦਾ ਹੈ ਉਲਿਕਨ ਵਿੱਚ ਵੀ ਇਹ ਸਹਾਇਤਾ ਕਰਦਾ ਹੈ ਨੈਕਸਟ ਆਪਣੇ ਕੋਲ ਆਂਦੇ ਹੈਗੇ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਜਿਹੜੇ ਜਿਹੜੇ ਸੈਂਟਰ ਗਵਰਨਮੈਂਟਸ ਦੇ ਜੋ ਪੋਲਿਸੀਜ਼ ਔਰ ਜੋ ਉਹਨਾਂ ਦੇ ਪ੍ਰੋਗਰਾਮ ਨੇ ਉਹਨਾਂ ਨੂੰ ਲਾਗੂ ਕਰਨ ਤੇ ਉਹਨਾਂ ਵਿੱਚ ਇੱਕ ਤਾਲਮੇਲ ਪੈਦਾ ਕਰਨ ਵਿੱਚ ਵੀ ਸ਼ਿੱਖਿਆ ਮੰਤਰੀ ਅਤੇ ਇਹ ਸਰਕਾਰ ਦੀ ਹੈਲਪ ਕਰਦਾ ਹੈ এডਿਕੇਸ਼ਨ ਸਕੱਤਰੀ ਤਾਂ ਕਿ ਉਹਨਾਂ ਵਿੱਚ ਇਕਤਾਲ ਮਿਲ ਜੋ ਹੈ ਬਣਿਆ ਰਹੇ ਔਰ ਉਹਨਾਂ ਦੀ ਇਹ ਹੈਲਪੀ ਕਰਦਾ ਹੈ ਨੈਕਸਟ ਐਂਡ ਲਾਸਟ ਵਨ ਆਪਣੇ ਕੋਲ ਆਂਦਾ ਹੈ ਸਿੱਖਿਆ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਜੋ ਕਿ ਸਿੱਖਿਆ এডਿਕੇਸ਼ਨ ਡਿਪਾਰਟਮੈਂਟ ਦੇ ਜੋ ਅਧਿਕਾਰੀ ਹੁੰਦੇ ਨੇ ਉਹਨਾਂ ਦੇ ਜੋ ਵੀ ਪ੍ਰੋਬਲਮਸ ਆਉਂਦੀਆਂ ਨੇ ਅਨੁਸ਼ਾਸਨ ਸੰਬੰਧੀ ਜੋ ਸਮੱਸਿਆਵਾਂ ਆਉਂਦੀਆਂ ਨੇ ਸੋ ਉਹਨਾਂ ਦਾ ਨਿਪਟਾਰਾ ਕਰਨ ਦਾ ਜੋ ਕੰਮ ਹੈ ਉਹਨਾਂ ਦਾ ਨਿਪਟਾਰਾ ਵੀ ਸਿੱਖਿਆ ਸਕੱਤਰ ਦੇ ਦਿਨ ਹੀ ਆਂਦਾ ਆ ਇਹ ਤਾਂ ਸੀ এডਿਕੇਸ਼ਨ এডਿਕੇਸ਼ਨ ਸੈਕਟਰੀ ਬਾਰੇ ਨੈਕਸਟ ਆਪਾਂ ਪੜਾਂਗੇ ਡੀਪੀਆਈ ਬਾਰੇ ਜਿਸ ਨੂੰ ਆਪਾਂ ਕਹਿੰਦੇ ਹੈਗੇ ਸਿੱਖਿਆ ਵਿਭਾਗ ਦਾ ਨਿਰਦੇਸ਼ਕ ਹੁਣ ਜੋ ਡੀਪੀਆਈ ਹੁੰਦਾ ਆ ਹੁਣ ਸਿੱਖਿਆ ਸਕੱਤਰ ਵੱਲੋਂ ਜੋ ਵੀ ਉੱਪਰੋਂ ਆਰਡਰਸ ਆਉਂਦੇ ਨੇ ਹਨਾ ਉਹਨਾਂ ਨੂੰ ਲਾਗੂ ਕਰਨ ਦਾ ਕੰਮ ਸਾਰਾ ਡੀਪੀਆਈ ਦਾ ਹੁੰਦਾ ਹੈ ਸੋ ਡੀਪੀਆਈ ਜੋ ਵਿਦਿਅਕ ਨੀਤੀਆਂ ਹੁੰਦੀਆਂ ਨੇ ਉਹਨਾਂ ਨੂੰ ਲਾਗੂ ਕਰਦਾ ਆ ਸੋ ਇਹ ਇੱਕ ਤਕਨੀਕੀ ਮਾਹਿਰ ਮੰਨਿਆ ਜਾਂਦਾ ਹੈਗਾ ਸੋ ਹਰੇਕ ਰਾਜ ਦੇ ਵਿੱਚ ਚਾਰ ਵੱਖ-ਵੱਖ ਨਿਰਦੇਸ਼ਕ ਹੁੰਦੇ ਨੇ ਜੋ ਕਿ ਅਲੱਗ-ਅਲੱਗ ਵਿਭਾਗਾਂ ਦੀ ਅਗਵਾਈ ਕਰਦੇ ਨੇ ਜਿਵੇਂ ਕਿ ਆਪਾਂ ਪਿਛੇ ਪੜ੍ਹੀ ਸੀਗਾ ਕਿ ਚਾਰ ਵੱਖ-ਵੱਖ ਇਹ ਨਿਰਦੇਸ਼ਕ ਹੁੰਦੇ ਨੇ ਇੱਕ ਆਪਣੇ ਕੋਲ ਅੰਦਰ ਡিপিਆਈ ਕਾਲਜ ਨੈਕਸਟ ਆਪਣੇ ਕੋਲ ਵਿਭਾਗਾਂ ਦੇ ਡিপি ਸੈਕੰਡਰੀ ਸਿੱਖਿਆ ਡিপিਆਈ ਐਲੀਮੈਂਟਰੀ ਸਿੱਖਿਆ ਔਰ ਨਿਰਦੇਸ਼ਕ ਸੋ ਇਹ ਕਿਸ ਦੇ ਅੰਦਰ ਆਉਂਦੇ ਨੇ ਇਹ ਸਿੱਖਿਆ ਵਿਭਾਗ ਦੇ ਨਿਰਦੇਸ਼ਕ दैट इज ਡੀਪੀਆਈ ਦੇ ਅੰਡਰ ਆਉਂਦੇ ਨੇ ਤੇ ਹੁਣ ਆਪਾਂ ਪੜਾਂਗੇ ਕਿ ਇਸ ਦੇ ਕੀ ਰੋਲਸ ਨੇ ਨਿਰਦੇਸ਼ਕ ਜੋ ਹੈ ਇਹ ਨਿਰਦੇਸ਼ਕਾ ਦੇ ਕੀ ਕਾਰਜ ਨੇ ਹੁਣ ਆਪਾਂ ਪੜਾਂਗੇ ਨਿਰਦੇਸ਼ਕਾਂ ਦੇ ਕਾਰਜ ਬਾਰੇ दैट इज ਉਹਨਾਂ ਦੇ ਰੋਲ ਬਾਰੇ ਤੇ ਸਭ ਤੋਂ ਪਹਿਲਾ ਆਪਣੇ ਕੋਲ ਆਉਂਦਾ ਹੈਗਾ ਕਿ ਰਾਜ ਸਰਕਾਰਾਂ ਦੀ ਜੋ ਨੀਤੀ ਹੈ ਨੀਤੀ ਦੇ ਸੁਝਾਵਾਂ ਦਾ ਖਾਕਾ ਸਕੱਤਰ ਨੂੰ ਪੇਸ਼ ਕਰਨਾ ਵਿਭਾਗ ਦੇ ਪ੍ਰਵਾਨੇ ਸੁਝਾਵਾਂ ਨੂੰ लागू करना ये इज द फर्स्ट वर्किंग होती है सेकंड अपने को आएंदा है कि राज दिया ਵਿਦਿਅਕ ਸੰਸਥਾਵਾਂ ਦਾ ਨਿਰੀਖਣ ਕੰਟਰੋਲ ਤੇ ਅਗਵਾਈ ਕਰਨਾ ਵੀ ਰਾਜ ਇਹ ਜੋ ਵੀ ਵਿਦਿਅਕ ਸੰਸਥਾਵਾਂ ਹੋਣਗੀਆਂ ਉਹਨਾਂ ਦਾ ਜੋ ਨਿਰੀਖਣ ਹੈਗਾ ਆ ਉਹਨਾਂ ਨੂੰ ਕੰਟਰੋਲ ਅਤੇ ਉਹਨਾਂ ਦੀ ਅਗਵਾਈ ਵੀ ਨਿਰਦੇਸ਼ਕਾਂ ਦੁਆਰਾ ਹੀ ਕੀਤੀ ਜਾਂਦੀ ਹੈ ਨੈਕਸਟ ਆਪਣੇ ਕੋਲ ਆ ਜਾਂਦਾ ਹੈਗਾ ਕਿ ਰਾਜ ਦੀ ਸਿੱਖਿਆ ਸਿੱਧੀ ਵਾਰੇ ਸਰਕਾਰ ਨੂੰ ਜਾਣੂ ਕਰਵਾਣਾ ਕਿ ਜੋ ਵੀ ਇਸ ਟਾਈਮ ਜੋ এডੂਕੇਸ਼ਨ ਨੂੰ ਲੈ ਕੇ ਜੋ ਵੀ ਸਥਿਤੀ ਹੈਗੀ ਆ ਸੋ ਉਸ ਬਾਰੇ ਸਰਕਾਰ ਨੂੰ ਪੂਰੀ ਪੂਰੀ ਸਹੀ ਇਨਫੋਰਮੇਸ਼ਨ ਦੇਣਾ ਸੋ ਉਹ ਕਿਸ ਦੁਆਰਾ ਦਿੱਤੀ ਆਂਦੀ ਹੈਗੀ ਹੈ ਨਿਰਦੇਸ਼ਕਾਂ ਦੁਆਰਾ ਥੈਨ ਆਪਣੇ ਕੋਲ ਆਇੰਦਾ ਹੈਗਾ ਕਿ ਸਰਕਾਰ ਵੱਲੋਂ ਵੱਖ-ਵੱਖ ਮੰਤਵਾਂ ਲਈ ਮਨਜ਼ੂਰ ਫੰਡਾਂ ਦੀ ਵੰਡ ਕਰਨਾ ਵਿ ਸਰਕਾਰ ਵੱਲੋਂ ਉੱਪਰ ਜਿਹੜੇ ਵੀ ਫੰਡਸ ਆਂਦੀਆਂ ਨੇ ਤਾਂ ਉਹਨਾਂ ਨੂੰ نیچے ਜੋ ਵੀ ਉਹਨਾਂ ਦੇ ਵੰਡ ਹੁੰਦੀ ਹੈ ਉਹ ਨਿਰਦੇਸ਼ਕਾਂ ਦੁਆਰਾ ਹੀ ਕਿੱਤੀ ਜਾਂਦੀ ਹੈ ਫਿਰ ਆਪਣੇ ਕੋਲ ਆ ਜਾਂਦੇ ਹੈਗੇ ਯੂਨੀਵਰਸਿਟੀ ਸਿਸ ਸਥਾਨਕ ਸੰਸਥਾਵਾਂ ਪ੍ਰਾਈਵੇਟ ਪ੍ਰਬੰਧ ਵਾਲੀਆਂ ਸੰਸਥਾਵਾਂ ਲਈ ਗ੍ਰਾਂਟ ਇਨ ਏਡ ਨਿਸ਼ਚਿਤ ਕਰਨਾ ਅਤੇ ਉਹਨਾਂ ਨੂੰ ਅਦਾ ਕਰਨਾ ਸੋ ਇਹ ਜੋ ਉਹਨਾਂ ਦੀ ਗ੍ਰਾਂਟ ਐਂਡ ਐਡ ਹੁੰਦੀ ਹੈ ਉਹ ਕੌਨਿਸ਼ਚਿਤ ਕਰਦਾ ਹੈ ਨਿਰਦੇਸ਼ਕ ਔਰ ਉਹਨਾਂ ਨੂੰ ਨਿਰਦੇਸ਼ਕ ਦੁਆਰਾ ਹੀ ਇਹ ਜੋ ਗ੍ਰਾਂਟਸ ਹੁੰਦੀਆਂ ਨੇ ਉਹ ਨੀਚੇ ਦਿੱਤੀਆਂ ਜਾਂਦੀਆਂ ਨੇ ਨੈਕਸਟ ਆਪਣੇ ਕੋਲ ਆ ਜਾਂਦੇ ਹੈਗੇ ਕਿ ਵਿੱਤੀ ਸਾਲ ਲਈ ਵਿੱਤੀ ਵਿਭਾਗ ਤੋਂ ਪੋਸ਼ਾ ਦੀ ਮਨਜ਼ੂਰੀ ਮਨਜ਼ੂਰੀ ਕਰਾਉਣਾ ਉਹ ਵੀ ਨਿਰਦੇਸ਼ਕਾਂ ਦੁਆਰਾ ਹੀ ਕੀਤੀ ਜਾਂਦੀ ਹੈਗੀ ਹੈ ਅਤੇ ਉਹਨਾਂ ਦੇ ਜੋ ਵੀ ਬਜਟ ਅਲਾਟਮੈਂਟਸ ਹੁੰਦੀਆਂ ਨੇ ਉਹ ਵੀ ਨਿਰਦੇਸ਼ਕਾਂ ਦੁਆਰਾ ਹੀ ਕੀਤੀ ਜਾਂਦੀ ਹੈ ਨੈਕਸਟ ਵਨ ਇਜ਼ ਕਿ ਪ੍ਰਾਇਮਰੀ ਅਤੇ ਸੈਕੰਡਰੀ ਅਧਿਆਪਕਾਂ ਦੀ ਜੋ ਸਿੱਖਲਾਈ ਦਾ ਪ੍ਰਬੰਧ ਜਿਹੜਾ ਹੁੰਦਾ ਹੈ ਕਿ ਉਹਨਾਂ ਦੀ ਜੋ ਵੀ ਉਹਨਾਂ ਨੂੰ ਟ੍ਰੇਨਿੰਗ ਹੁੰਦੀ ਹੈ ਪ੍ਰਾਇਮਰੀ ਟੀਚਰਸ ਦੇ ਸੈਕੰਡਰੀ ਟੀਚਰਸ ਦੀ ਉਹ ਵੀ ਨਿਰਦੇਸ਼ਕਾਂ ਦੁਆਰਾ ਹੀ ਸਾਰੇ ਪ੍ਰਬੰਧ ਜਿਹੜੇ ਹੈਗੇ ਆ ਉਹ ਕੀਤੇ ਜਾਂਦੇ ਹਨ ਥੈਨ ਅਪਨਾ ਬੁਲੰਦਾ ਹੈ ਪ੍ਰਾਈਵੇਟ ਸੰਸਥਾਵਾਂ ਦਾ ਨਿਰੀਖਣ ਸੁਨਿਸ਼ਚਿਤ ਕਰਨਾ ਸੋ ਜੋ ਪ੍ਰਾਈਵੇਟ ਸੰਸਥਾਵਾਂ ਦਾ ਨਿਰੀਖਣ ਵੀ ਨਿਰਦੇਸ਼ਕਾਂ ਦੁਆਰਾ ਹੀ ਸੁਨਿਸ਼ਚਿਤ ਤੈ ਕੀਤਾ ਜਾਂਦਾ ਹੈ ਨੈਕਸਟ ਇਸ ਕੇ ਵਕਫਾ ਬੋਰਡਾਂ ਤੇ ਸੰਗਠਨ ਸੰਗਠਨਾਂ ਨੂੰ ਸਲਾਹ ਦੇਣਾ ਵਿ ਸਿੱਖਿਆ ਦੇ ਖੇਤਰ ਨਾਲ ਸੰਬੰਧਿਤ ਜਿਹੜੇ ਵੀ ਅਲੱਗ-ਅਲੱਗ ਬੋਰਡਸ ਨੇ ਉਹਨਾਂ ਬੋਰਡਾਂ ਤੇ ਜੋ ਵੀ ਹੋਣੇ ਨੇ ਸੰਗਠਨ ਨੇ ਸੰਗਠਨਾਂ ਨੂੰ ਸਲਾਹ ਦੇਣ ਦਾ ਕੰਮ ਵੀ ਨਿਰਦੇਸ਼ਕਾਂ ਦਾ ਹੁੰਦਾ ਆ ਫਿਰ ਆਪਣੇ ਕੋਲ ਆਂਦਾ ਹੈਗਾ ਯੂਨੀਵਰਸਿਟੀ ਤੇ ਸਿੰਡੀਕੇਟ ਜਾਂ ਹੋਰ ਪ੍ਰਸ਼ਾਸਨਿਕ ਸੰਗਠਨਾ ਦੇ ਮੈਂਬਰ ਵੱਜੋਂ ਸੇਵਾਵਾਂ ਵੀ ਉਹਨਾਂ ਦੇ ਮੈਂਬਰ ਵੱਜੋਂ ਵੀ ਇਹ ਸੇਵਾਵਾਂ ਕਰ ਸਕਦੇ ਨੇ ਐਂਡ ਦਿ ਲਾਸਟ ਵਨ ਆਪਣੇ ਕੋਲ ਆਉਂਦਾ ਹੈ ਕਿ ਸਿੱਖਿਆ ਦੀ ਪ੍ਰਗਤੀ ਅਤੇ ਵਿਕਾਸ ਦੀ ਯੋਜਨਾਵਾਂ ਲਈ ਅੰਕੜੇ ਇਕੱਠਾ ਕਰਨਾ ਤਾਂ ਇਹ ਤਾਂ ਸੀਗੇ ਰੋਲਸ ਆਫ ਡਾਇਰੈਕਟਰ ਸੈਟ ਇਸ ਨਿਰਦੇਸ਼ਕਾਂ ਦੇ ਜੋ ਕਾਰਜ ਨੇ ਹੁਣ ਆਪਾਂ ਨੈਕਸਟ ਪੜ੍ਹਾਂਗੇ ਸੀਈਓ ਬਾਰੇ ਜਿਸ ਨੂੰ ਆਪਾਂ ਕਿਹਾ ਹਾਂਗੇ ਮੰਡਲ ਸਿੱਖਿਆ ਅਫਸਰ ਤੇ ਹੁਣ ਆਪਾਂ ਪੜ੍ਹਾਂਗੇ ਸੀਈਓ ਦੈਟ ਇਸ ਕਿ ਮੰਡਲ ਸਿੱਖਿਆ ਅਫਸਰ ਵਾਰੇ ਤਾਂ ਇਸ ਚਾਪਾ ਨੂੰ ਤਿੰਨ ਗੱਲਾਂ ਯਾਦ ਰੱਖਣੀਆਂ ਨੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜੋ ਸੀਈਓ ਹੈ ਉਹ ਨਿਰਦੇਸ਼ਕ ਅਤੇ ਜ਼ਿਲ੍ਹਾ ਪੱਧਰ ਤੇ ਜਿਹੜੇ ਅਫਸਰ ਨੇ ਉਹਨਾਂ ਵਿਚਕਾਰ ਇਹ ਇੱਕ ਕੜੀ ਦਾ ਕੰਮ ਕਰਦਾ ਆ ਜਿਵੇਂ ਆਪਾਂ ਪਿੱਛੇ ਪੜਿਆ ਸੀਗਾ ਕਿ ਜੋ ਆਪਣਾ ਲਾਸ ਸੀਗਾ ਕਿ ਜੋ ਸਿੱਖਿਆ ਸਕੱਤਰ ਹੈਗਾ ਆ ਉਹ ਸਿੱਖਿਆ ਮੰਤਰਾਲੇ ਥੈਟ ਇਜ਼ ਕਿ ਜਿਹੜੇ ਉਹਦੇ ਮੰਤਰੀ ਹੈਗੇ ਆ ਉਹਨਾਂ ਅਤੇ ਨਿਰਦੇਸ਼ਕਾਂ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਸੀ ਇਸੇ ਤਰ੍ਹਾਂ ਹੀ ਇਹ ਜ਼ਿਲ੍ਹਾ ਪੱਧਰ ਦੇ ਜਿਹੜੇ ਅਫਸਰ ਨੇ ਉਹਨਾਂ ਵਿਚਕਾਰ ਅਤੇ ਨਿਰਦੇਸ਼ਕਾਂ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਆ ਸੈਕੰਡ ਆਪਣੇ ਕੋਲ ਕੀ ਹੈ ਕਿ ਜ ਤਿੰਨ ਸਿੱਖਿਆ ਮੰਡਲ ਥੈਟ ਇਜ਼ ਕਿ ਵਰਤਮਾਨ ਸਮੇਂ ਵਿੱਚ ਜਿਹੜਾ ਪੰਜਾਬ ਹੈਗਾ ਉਸ ਆਪਣੇ ਕੋਲ ਤਿੰਨ ਸਿੱਖਿਆ ਮੰਡਲ ਨੇ ਸਭ ਤੋਂ ਪਹਿਲਾ ਹੈਗਾ ਜਲੰਧਰ ਫਰੀਦਕੋਟ ਤੇ ਨਾਪਾ ਇਹ ਤਿੰਨੇ ਜੋ ਕਿ ਆਪਣੇ ਪੰਜਾਬ ਵਿੱਚ ਇਸ ਟਾਈਮ ਵਰਤਮਾਨ ਸਮੇਂ ਦੇ ਵਿੱਚ ਹਨ ਐਂਡ ਥਰਡ ਵਨ ਇਜ਼ ਕਿ ਉਪ ਮੰਡਲ ਸਿੱਖਿਆ ਅਫਸਰ ਅਤੇ ਹੋਰ ਅਮਲਾ ਜਿਹੜੇ ਨੇ ਉਹ ਸੀਈਓ दैट इज ਮੰਡਲ ਸਿੱਖਿਆ ਅਫਸਰ ਦੀ ਸਹਾਇਤਾ ਲਈ ਹੁੰਦੇ ਨੇ ਹੁਣ ਆਪਾਂ ਪੜਾਂਗੇ ਇਹਨਾਂ ਦੇ ਰੋਲਸ ਬਾਰੇ ਇਹਨਾਂ ਦੇ ਕੰਮ ਬਾਰੇ ਕਿਵੇਂ ਕੰਮ ਕਰਦੇ ਨੇ ਸਭ ਤੋਂ ਪਹਿਲਾ ਮੁੱਖ ਦਫ਼ਤਰ ਵਿੱਚ ਵਿਚਾਲੇ ਕੱਢਦਾ ਕੰਮ ਕੇ ਜਿਹੜੇ ਰਾਜ ਵਾਸਤੇ ਜਿਹੜੀ ਸਿੱਖਿਆ ਨੀਤੀਆਂ ਅਤੇ ਪ੍ਰੋਗਰਾਮ ਬਣਾਉਣ ਦੇ ਜਿਹੜੇ ਕਾਰਜ ਖੇਤਰ ਨੇ ਸੋ ਉਹਨਾਂ ਵਿੱਚ ਜਿਹੜੇ ਮੁੱਖ ਦਫ਼ਤਰ ਨੇ ਮੁੱਖ ਦਫ਼ਤਰਾਂ ਵਿਚਾਲੇ ਇਹ ਇੱਕ ਕੜੀ ਦਾ ਕੰਮ ਕਰਦੇ ਨੇ ਸੈਕੰਡ ਆਪਣਾ ਕਲ ਆ ਜਾਂਦੀ ਹੈ ਵਿਦਿਅਕ ਸੰਸਥਾਵਾਂ ਦਾ ਨਿਰੀਖਣ ਕੰਟਰੋਲ ਅਤੇ ਅਗਵਾਈ ਕਰਨਾ ਕਿ ਆਪਣੇ ਖੇਤਰ ਦੀ ਆਪਣੇ ਖੇਤਰ ਦੀ ਬਟ ਆਪਣੇ ਖੇਤਰ ਦੀਆਂ ਜੋ ਵਿਦਿਅਕ ਸੰਸਥਾਵਾਂ ਹਨ ਉਹਨਾਂ ਦਾ ਪੂਰਾ ਪੂਰਾ ਨਿਰੀਖਣ ਇਹਨਾਂ ਦੁਆਰਾ ਕੀਤਾ ਜਾਂਦਾ ਹੈਗਾ ਕੰਟਰੋਲ ਅਤੇ ਅਗਵਾਈ ਵੀ ਇਨਾ ਦੁਆਰਾ ਹੀ ਕਿੱਤੀ ਜਾਂਦੀ ਹੈ ਨੈਕਸਟ ਆਉਂਦੇ ਹੈਗੇ ਆ ਅਫਸਰਾਂ ਦੇ ਕੰਮਾਂ ਦਾ ਨਿਰੀਖਣ ਕਰਨਾ ਥੈਟ ਇਜ਼ ਕਿ ਜਿਹੜੇ ਜ਼ਿਲ੍ਹਾ ਪੱਧਰ ਦੇ ਜਿਹੜੇ ਅਫਸਰ ਨੇ ਡਿਸਟ੍ਰਿਕਟ ਲੈਵਲ ਤੇ ਉਹਨਾਂ ਦਾ ਜੋ ਕੰਮ ਦਾ ਨਿਰੀਖਣ ਵੀ ਇਨਾ ਦੁਆਰਾ ਹੀ ਸੀਈਓ ਦੁਆਰਾ ਹੀ ਕੀਤਾ ਜਾਂਦਾ ਹੈ ਫਿਰ ਅਗਲਾ ਆਉਂਦੀ ਹੈ ਗ੍ਰਾਂਟ ਐਂਡ ਏਡ ਅਤੇ ਫੰਡ ਦੀ ਅਦਾਇਗੀ ਕਰਨਾ ਕਿ ਸਰਕਾਰ ਵੱਲੋਂ ਜਿਹੜੀ ਵੀ ਵਕ ਵਕ ਮੰਤਵਾਂ ਲਈ ਮਨਜ਼ੂਰ ਕੀਤੀ ਗ੍ਰਾਂਟ ਐਂਡ ਏਡ ਹੈ ਅਤੇ ਫੰਡਾਂ ਦੀ ਜੋ ਅਦਾਇਗੀ ਵੀ ਇਨਾਂ ਦੁਆਰਾ ਸੀਈਓ ਦੁਆਰਾ ਹੀ ਕੀਤੀ ਜਾਂਦੀ ਹੈ ਨੈਕਸਟ ਆਪਨੇ ਕੋ ਲਾਂਦੇ ਹੈ ਸਲਾਨਾ ਗੁਪਤ ਰਿਪੋਰਟਸ ਲਿਖਣੀਆਂ ਅਤੇ ਮਨਜ਼ੂਰ ਕਰਨੀਆਂ ਵੀ ਜਿਹੜੇ ਸੀਈਓ ਤੋਂ ਜਿਹੜੇ ਹੇਠਲੇ ਕਰਮਚਾਰੀ ਜੋ ਕੰਮ ਕਰਦੇ ਨੇ ਉਹਨਾਂ ਦੀਆਂ ਜੋ ਸਲਾਨਾ ਗੁਪਤ ਰਿਪੋਰਟਾਂ ਵੀ ਇਸ ਦੁਆਰਾ ਹੀ ਲਿਖੀਆਂ ਜਾਂਦੀਆਂ ਨੇ ਅਤੇ ਮਨਜ਼ੂਰ ਵੀ ਸੀਈਓ ਦੁਆਰਾ ਹੀ ਕੀਤੀਆਂ ਜਾਂਦੀਆਂ ਨੇ ਨੈਕਸਟ ਆਪਨੇ ਕੋ ਲਾਂਦੇ ਹੈ ਕਿ ਲੈਕਚਰ ਕਾਰਡ ਦੇ 494 ਕੇਸਾਂ ਨੂੰ ਮਨਜ਼ੂਰ ਕਰਨਾ ਸੋ ਉਹ ਵੀ ਇਸ ਦੁਆਰਾ ਸੀਈਓ ਦੁਆਰਾ ਹੀ ਕੀਤੇ ਜਾਂਦੇ ਨੇ ਨੈਕਸਟ ਵਨ ਇਜ਼ ਕਿ ਸਿੱਖਿਆ ਨੀਤੀਆਂ ਦਾ ਲਾਗੂਕਰਨ ਸੁਨਿਸ਼ਚਿਤ ਕਰਨਾ ਮਾਹਿਰ ਦੇ ਤੌਰ ਤੇ ਸਲਾਹ ਜਿਹੜੇ ਹੇਠਲੇ ਕਰਮਚਾਰੀ ਨੇ ਉਹਨਾਂ ਨੂੰ ਇੱਕ ਮਾਹਿਰ ਦੇ ਤੌਰ ਤੇ ਵੀ ਸਲਾਹ ਦੇਣ ਦਾ ਕੰਮ ਸੀਈਓ ਦਾ ਹੀ ਹੁੰਦਾ ਹੈ ਨੈਕਸਟ ਆਪਣੇ ਕੋਲ ਆਂਦੀ ਹੈਗੀ ਹੈ ਛੁੱਟੀ ਤਬਾਦਲੇ ਅਤੇ ਅਨੁਸ਼ਾਸਨ ਸੰਬੰਧੀ ਮਾਮਲੇ ਦਾ ਨਿਪਟਾਰਾ ਕਿ ਆਪਣੇ ਖੇਤਰ ਦੇ ਅਫਸਰਾਂ ਦੇ ਜੋ ਅਧਿਆਪਕ ਨੇ ਉਹਨਾਂ ਦੀਆਂ ਛੁੱਟੀਆਂ ਛੁੱਟੀਆਂ ਤਬਾਦਲੇ ਅਤੇ ਜੋ ਅਨੁਸ਼ਾਸਨ ਸੰਬੰਧੀ ਜੋ ਮਾਮਲੇ ਹੁੰਦੇ ਨੇ ਉਹਨਾਂ ਦਾ ਨਿਪਟਾਰਾ ਵੀ ਸੀਈਓ ਦੁਆਰਾ ਹੀ ਕੀਤਾ ਜਾਂਦਾ ਹੈ ਐਂਡ ది ਲਾਸਟ ਵਨ ਇਜ਼ ਕਿ ਡੀਪੀਆਈ ਨੂੰ ਰਿਪੋਰਟ ਪੇਜਣਾ ਆਪਣੇ ਖੇਤਰ ਦੀ ਉન્નਤੀ ਅਤੇ ਲੋੜਾਂ ਬਾਰੇ ਡੀਪੀਆਈ ਦਫ਼ਤਰ ਨੂੰ ਜੋ ਵੀ ਰਿਪੋਰਟ ਹੈਗੀ ਹੈ ਉਹ ਸੀਈਓ ਦੁਆਰਾ ਹੀ ਤੇਜ਼ੀ ਜਾਂਦੀ ਹੈ ਇਹ ਤਾਂ ਸੀਗੇ ਸੀਈਓ ਦੇ ਰੋਲਸ ਹੁਣ ਆਪਾਂ ਪੜਾਂਗੇ ਡੀ ਡੀਓ ਵਰੇ ਡੀਓ ਵਰੇ ਜਿਸਨੂੰ ਆਪਾਂ ਕਹਿੰਦੇ ਹੈਗੇ ਜ਼ਿਲ੍ਹਾ ਸਿੱਖਿਆ ਅਫਸਰ ਹੁੰਦੇ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਹੁੰਦੇ ਇਸ ਚੈਪਟਰ ਨੂੰ ਤਿੰਨ ਗੱਲਾਂ ਯਾਦ ਰੱਖਣੇ ਸਭ ਤੋਂ ਪਹਿਲਾਂ ਸਰਕਾਰ ਦੀਆਂ ਵਿਦਿਅਕ ਨੀਤੀਆਂ ਨੂੰ ਲਾਗੂ ਕਰਦਾ ਹੈ 댓 ਇਸ ਕੇ ਜੋ ਡੀਓ ਡੀਓ ਹੁੰਦਾ ਸੋ ਜ਼ਿਲ੍ਹਾ ਸਿੱਖਿਆ ਅਫਸਰ ਸਰਕਾਰ ਦੇ ਜਿੰਨੇ ਵੀ ਵਿਦਿਅਕ ਨੀਤੀਆਂ ਹੁੰਦੀਆਂ ਉਹਨਾਂ ਨੂੰ ਲਾਗੂ ਕਰਨ ਦਾ ਕੰਮ ਇਸ ਦਾ ਹੁੰਦਾ ਹੈ ਅਤੇ ਆਪਣੇ ਜ਼ਿਲ੍ਹੇ ਦੇ ਜਿੰਨੇ ਵੀ ਵਿਦਿਅਕ ਸੰਸਥਾਵਾਂ ਹੁੰਦੀਆਂ ਉਹਨਾਂ ਤੇ ਇਹ ਹੀ ਨਿਗਰਾਨੀ ਕਰਦਾ ਹੈ ਕੰਟਰੋਲ ਵੀ ਇਸ ਦੁਆਰਾ ਹੀ ਹੁੰਦਾ ਹੈ ਅਤੇ ਅਗਵਾਈ ਵੀ ਜ਼ਿਲ੍ਹਾ ਸਿੱਖਿਆ ਅਫਸਰ ਦੁਆਰਾ ਹੀ ਕੀਤੀ ਜਾਂਦੀ ਹੈ ਹੁਣ ਜੋ ਜ਼ਿਲ੍ਹਾ ਸਿੱਖਿਆ ਅਫਸਰ ਹੁੰਦਾ ਆ ਉਸ ਦੀ ਸਹਾਇਤਾ ਲਈ ਅੱਗੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਵੀ ਹੁੰਦਾ ਹੈ ਤਾਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਵੀ ਇਹ ਸਹਾਇਤਾ ਪ੍ਰਾਪਤ ਕਰ ਸਕਦਾ ਹੈ ਹੁਣ ਆਪਾਂ ਇਸ ਦੇ ਵੀ ਰੋਲਸ ਬਾਰੇ ਪੜਾਂ ਹੁਣ ਆਪਾਂ ਪੜਾਂਗੇ ਰੋਲਸ ਆਫ ਡੀਓ ਥੈਟ ਇਜ਼ ਕਿ ਜ਼ਿਲ੍ਹਾ ਸਿੱਖਿਆ ਅਫਸਰ ਦੇ ਕੀ ਕੀ ਵਰਕਿੰਗ ਹੈ ਉਸੇ ਕੀ ਕੰਮ ਨੇ ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਆਹੀ ਆ ਜਾਂਦਾ ਕਿ ਖੇਤਰ ਅਤੇ ਮੰਡਲ ਸਿੱਖਿਆ ਅਫਸਰ ਵਿਚਾਲੇ ਇੱਕ ਕੜੀ ਦਾ ਕੰਮ ਕਰਦਾ ਹੈ ਨੈਕਸਟ ਆਂਦਾ ਆਪਣੇ ਕੋਲ ਆਪਣੇ ਜ਼ਿਲ੍ਹੇ ਦੀਆਂ ਜਿੰਨੇ ਵੀ ਵਿਦਿਅਕ ਸੰਸਥਾਵਾਂ ਹੈਗੀਆਂ ਉਹਨਾਂ ਦਾ ਜੋ ਵੀ ਨਿਰੇਖਣ ਹੈ ਸਾਰਾ ਪੂਰਾ ਪੂਰਾ ਕੰਟਰੋਲ ਅਤੇ ਉਹਨਾਂ ਦੀ ਅਗਵਾਈ ਵੀ ਜ਼ਿਲ੍ਹਾ ਸਿੱਖਿਆ ਅਫਸਰ दैट इज ਡੀਈਓ ਦੁਆਰਾ ਹੀ ਕੀਤੀ ਜਾਂਦੀ ਹੈ ਥਰਡ ਆਪਣੇ ਕੋਲ ਆਉਂਦਾ ਹੈਗਾ ਮੰਡਲ ਸਿੱਖਿਆ ਅਫਸਰ ਨੂੰ ਰਿਪੋਰਟ ਭੇਜਣਾ ਵੀ ਜ਼ਿਲ੍ਹਾ ਸਿੱਖਿਆ ਅਫਸਰ ਵੀ ਜ਼ਿਲ੍ਹਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਜੋ ਹੁੰਦਾ ਹੈ ਮਤਲਬ ਉਹ ਜ਼ਿਲ੍ਹਾ ਦੇ ਅੰਦਰ ਅਤੇ ਲੋੜਾਂ ਸੰਬੰਧੀ ਮੰਡਲ ਸਿੱਖਿਆ ਅਫਸਰ ਨੂੰ ਸਾਰੀ ਰਿਪੋਰਟ ਭੇਜਦਾ ਹੈ ਨੈਕਸਟ ਆਂਦਾ ਆਪਣੇ ਕੋਲ ਜ਼ਿਲ੍ਹਾ ਸਿੱਖਿਆ ਅਫਸਰ ਅਧਿਆਪਕਾਂ ਦੀ ਜੋ ਵੀ ਬਦਲੀ ਹੈ ਉਸ ਦਾ ਸਾਰਾ ਕੰਮ ਜੋ ਹੈ ਜ਼ਿਲ੍ਹਾ ਸਿੱਖਿਆ ਅਫਸਰ ਦੁਆਰਾ ਹੀ ਹੁੰਦਾ ਹੈ ਇੱਥੇ ਤੱਕ ਕਿ ਕਰਮਚਾਰੀਆਂ ਨੂੰ ਮੁਅਤਲ ਵੀ ਡੀਓ ਹੀ ਕਰ ਦਿਆ ਨੈਕਸਟ ਆਪਣੇ ਕੋਲ ਆਂਦਾ ਆ ਸਲਾਨਾ ਗੁਪਤ ਰਿਪੋਰਟਾਂ ਲਿਖਣੀਆਂ ਚਾਰ ਨੂੰ 14 ਨੂੰ ਦੇ ਕੇਸਾਂ ਨੂੰ ਪ੍ਰਵਾਨਗੀ ਵੀ ਜ਼ਿਲ੍ਹਾ ਸਿੱਖਿਆ ਅਫਸਰ ਦੁਆਰਾ ਹੀ ਦਿੱਤੀ ਜਾਂਦੀ ਹੈ ਨੈਕਸਟ JPF ਦਾ ਹਿਸਾਬ ਕਿਤਾਬ ਫੰਡ ਕਟਵਾਉਣ ਦੀ ਮਨਜ਼ੂਰੀ ਵੀ DEO ਦੁਆਰਾ ਹੀ ਦਿੱਤੀ ਜਾਂਦੀ ਹੈ ਵੀ ਕਰਮਚਾਰੀ ਦਾ ਜੋ ਜੀਪੀਐਫ ਹੈ ਉਸ ਦਾ ਸਾਰਾ ਹਿਸਾਬ ਕਿਤਾਬ ਵੀ ਜ਼ਿਲ੍ਹਾ ਸਿੱਖਿਆ ਅਫਸਰ ਦੁਆਰਾ ਹੀ ਕੀਤਾ ਜਾਂਦਾ ਹੈ ਨੈਕਸ ਆਪਣੇ ਕੋ ਲਿਆਉਣ ਦੇਗੇ ਬਲੌਕ ਸਿੱਖਿਆ ਅਫਸਰ ਮੁੱਖ ਅਧਿਆਪਕ ਪ੍ਰਿੰਸੀਪਲ ਆਦਿ ਦੇ ਕੰਮ ਦਾ ਜੋ ਨਿਰੀਖਣ ਹੈਗਾ ਉਹ ਸਾਰਾ ਵੀ ਜ਼ਿਲ੍ਹਾ ਸਿੱਖਿਆ ਅਫਸਰ ਦੁਆਰਾ ਹੀ

ਜ਼ਿਲ੍ਹਾ ਵਿੱਚ ਕੰਮ ਕਰਦੇ ਅਧਿਆਪਕ ਅਤੇ ਅਨੁਸ਼ਾਸਨ ਸੰਬੰਧੀ ਜੋ ਵੀ ਮਾਮਲੇ ਹੁੰਦੇ ਨੇ ਉਹਨਾਂ ਦਾ ਨਿਪਟਾਰਾ ਵੀ ਅੱਗੇ ਜਾ ਕੇ ਡੀਈਓ ਹੀ ਡੀਓ ਦੁਆਰਾ ਹੀ ਕੀਤਾ ਜਾਂਦਾ ਹੈ। ਮਾਹਿਰ ਦੇ ਤੌਰ ਤੇ ਸਲਾਹ ਦੇਣਾ ਵੀ ਆਪਣੇ ਅਧੀਨ ਕੰਮ ਕਰਨ ਵਾਲਿਆਂ ਨੂੰ ਇਹ ਇੱਕ ਮਾਹਿਰ ਦੇ ਤੌਰ ਤੇ ਵੀ ਸਲਾਹ ਦੇਣਾ ਇਸ ਦਾ ਇੱਕ ਰੋਲ ਹੈ। ਨੈਕਸਟ ਆਉਂਦਾ ਆਪਣੇ ਜ਼ਿਲ੍ਹਾ ਦੇ ਉੱਚ ਅਸਰਾਂ ਨੂੰ ਰਿਪੋਰਟ ਭੇਜਣਾ। ਇਹਦਾ ਸੀਗੇ ਹੁਣ ਡੀਈਓ ਦੇ ਕੁਝ ਰੋਲ ਹੁਣ ਜੋ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਜ਼ਿਲ੍ਹਾ ਪ੍ਰੋਜੈਕਟ ਡਾਇਰੈਕਟਰ ਜਿਸਨੂੰ ਆਪਾਂ ਕਹਿੰਦੇ ਆ ਸਰਵ ਸਿੱਖਿਆ ਅਭਿਆਨ ਵਿਖੋਂਦਾ ਜੋ ਕਿ ਡਿਸਟ੍ਰਿਕਟ ਲੈਵਲ ਤੇ ਹੁੰਦਾ ਆ ਐਲੀਮੈਂਟਰੀ ਐਲੀਮੈਂਟਰੀ ਐਜੂਕੇਸ਼ਨ ਦਾ ਸੋ ਜੋ ਜ਼ਿਲ੍ਹਾ ਪੱਧਰ ਤੇ ਜੋ ਸਰ ਸਿੱਖਿਆ ਅਭਿਆਨ ਹੈਗਾ ਉਸ ਬਾਰੇ ਜੋ ਉਸ ਦਾ ਸਟਰਕਚਰ ਹੈਗਾ ਉਸ ਬਾਰੇ ਵੀ ਆਪਾਂ ਹੁਣ ਪੜਾਂਗੇ ਹਾਂਜੀ ए है गया जो कि सर सिक्ख्या अभियान का जो कि एलीमेंट्री एजुकेशन का जो स्ट्रक्चर है इससे अपने को सब तो ऊपर आता है डी ईओ एलीमेंट्री एजुकेशन एंड डी पी डी डी ईओ जो कि ज़िला सिक्ख्या अफसर हो गया और डी पी डी डिस्ट्रिक्ट प्रोजैक्ट डायरैक्टर जिसने आप प्रोजेक्ट डायरैक्टर जिला प्रोजैक्ट डायरैक्टर भी कहें सो इन तो नीचे कम अपने को दे डिप्टी डीओ और डी पी सी ये इन्होंने वक् वक् विभाग ने सब तो पहला अपने को आंद है डी आर पी डी आर पी जिसनों आप क्या डिस्ट्रिक्ट रिसोर्स परसन ज़िला रिसोर्स परसन फिर अपने कोल आता हैगा ए पीसी ए पीसी जिसनों आप असिस्टेंट प्रोजैक्ट कोनेटर सहायक प्रोजैक्ट कोनेटर फिर अपने कोल आता है ए पीसी विथ दैट इज़ फाइनैंस रिलेटिड फिर अपने कोल आदा लिखाकार ਅਕਾ ਅਕਾਊਂਟੈਂਟ ਜੋ ਹੋ ਗਿਆ ਐਂਡ ਥੈਨ ਆਪਣੇ ਕੋਲ ਆਉਂਦਾ ਹੈਗਾ ਦਫਤਰੀ ਸਹਾਇਕ ਜਿਸਨੂੰ ਆਪਾਂ ਕਹਿੰਦੇ ਆ ਆਫਿਸ ਅਸਿਸਟੈਂਟ ਤਾਂ ਇਹਦੇ ਸਿਗੇ ਉਸਦਾ ਇੱਕ ਸਟਰਕਚਰ ਕਿ ਜੋ ਜ਼ਿਲ੍ਹਾ ਸਿੱਖਿਆ ਅਫਸਰ ਹੈ ਸੈਕੰਡਰੀ ਸਿੱਖਿਆ ਇਹਦਾ ਐਲੀਮੈਂਟਰੀ ਸਿੱਖਿਆ ਸੀ ਹੁਣ ਜੋ ਸੈਕੰਡਰੀ ਸਿੱਖਿਆ ਹੈ ਉਹ ਵੀ ਰਾਸ਼ਟਰੀ ਮਾਧਿਅਮ ਨਾਲ ਰਾਸ਼ੀ ਮਾਧਮਿਕ ਸਿੱਖਿਆ ਜੋ ਅਭਿਆਨ ਨੂੰ ਜਿਸਨੂੰ ਆਪਾਂ ਕਹਿੰਦੇ ਆ ਰਮਸਾ ਆਰਐਮਐਸਏ ਸੋ ਉਸ ਦੇ ਜੋ ਜ਼ਿਲ੍ਹਾ ਪ੍ਰੋਜੈਕਟ ਡਾਇਰੈਕਟਰ ਨੇ ਡੀਪੀਡੀ ਉਸ ਦੇ ਤੌਰ ਤੇ ਵੀ ਇਹ ਕੰਮ ਕਰਦਾ ਆ ਜ਼ਿਲ੍ਹਾ ਪੱਧਰ ਤੇ ਜੋ ਰਮਸਾਧੀਆਂ ਗਤੀਵਿਧੀਆਂ ਦੇ ਪ੍ਰੋਗਰਾਮ ਨੇ ਸੋ ਉਹਨਾਂ ਦਾ ਸੰਚਾਲਨ ਜਿਹੜਾ ਹੈਗਾ ਉਹ ਐਸਐਸਏ ਦੀ ਤਰ੍ਹਾਂ ਹੀ ਬਿਲਕੁਲ ਕੀਤਾ ਜਾਂਦਾ ਆ ਕਲਸਟਰ ਬਾਰੇ ਹੁਣ ਜੋ ਕਲਸਟਰ ਹੁੰਦਾ ਹੈ ਇਸੇ ਆਪਾਂ ਨੂੰ ਦੋ ਗੱਲਾਂ ਯਾਦ ਰੱਖਣੀਆਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਤਾਂ ਇਹ ਕਿ ਜੋ ਕਲਸਟਰ ਹੁੰਦਾ ਉਹ ਇੱਕ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਸੰਬੰਧਿਤ ਸਕੂਲ ਉਹਨਾਂ ਵਿੱਚਕਾਰ ਇੱਕ ਕੜੀ ਦਾ ਕੰਮ ਕਰਦਾ ਹੈ ਐਂ ਸਿਕੰਦਲ ਆਪਣੇ ਇਹ ਯਾਦ ਰੱਖਣੀ ਹੈਗੀ ਹੈ ਕਿ ਕਲਸਟਰ ਦੇ ਇੱਕ ਕਲਸਟਰ ਦੇ ਅਧੀਨ 5 ਤੋਂ ਲੈ ਕੇ 10 ਸਕੂਲ ਜਿਹੜੇ ਉਸ ਦੇ ਅਧੀਨ ਹੁੰਦੇ ਨੇ ਹੁਣ ਕਲਸਟਰ ਮੁਖੀ ਦੇ ਜੋ ਕੰਮ ਨੇ ਉਹ ਹੇਠ ਲਿਖਿਆ ਅਨੁਸਾਰ ਨੇ ਹੁਣ ਜੋ ਕਲਸਟਰ ਹੁੰਦਾ ਹੈ ਉਸ ਦਾ ਸਭ ਤੋਂ ਪਹਿਲਾ ਜੋ ਰੋਲ ਹੈ ਉਹ ਤਾਂ ਇਹੀ ਹੈ ਕਿ ਜ਼ਿਲ੍ਹਾ ਜ਼ਿਲ੍ਹਾ ਦਫਤੇ ਤੋਂ ਡਾਕ ਪ੍ਰਾਪਤ ਕਰਕੇ ਅਦੀਨ ਸਕੂਲਾਂ ਤੱਕ ਪਹੁੰਚਾਉਣਾ ਕਿ ਪਹਿਲਾ ਜੋ ਵੀ ਉੱਪਰ ਜਿੰਨੀ ਜੋ ਵੀ ਲੈਟਰ ਆਂਦੀ ਹੈਗੀ ਹੈ ਕਿ ਕਲਸਟਰ ਮੁਖੀ ਜਿਹੜਾ ਹੁੰਦਾ ਹੈ ਉਹ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਲੈਟਰ ਲੈ ਕੇ ਆਪਣੇ ਜਿਹੜੇ ਅਦੀਨ ਜਿਹੜੇ ਸਕੂਲ ਨੇ ਉਹਨਾਂ ਤੱਕ ਪਹੁੰਚਾਉਣ ਦਾ ਕੰਮ ਕਲਸਟਰ ਦਾ ਹੁੰਦਾ ਹੈ ਸੈਕੰਡ ਕੰਮ ਹੁੰਦਾ ਇਹ ਹੁੰਦਾ ਕਿ ਅਦੀਨ ਸਕੂਲਾਂ ਤੋਂ ਡਾਕ ਪ੍ਰਾਪਤ ਕਰਕੇ ਜ਼ਿਲ੍ਹਾ ਸਿੱਖਿਆ ਦਫ਼ਤਰ ਤੱਕ ਪਹੁੰਚਾਣਾ ਕਿ ਸਕੂਲਾਂ ਤੋਂ ਲੈਟਰਸ ਲੈ ਕੇ ਅਗਰ ਉੱਪਰ ਤੱਕ ਜੋ ਪਹੁੰਚਾਉਂਦਾ ਕੰਮ ਵੀ ਕਲਸਟਰ ਦੁਆਰਾ ਹੀ ਕੀਤਾ ਅੰਦਰ ਤਾਂ ਇੱਕ ਤਰ੍ਹਾਂ ਇਹ ਉਹਨਾਂ ਦੋਵਾਂ ਵਿੱਚੋਂ ਇੱਕ ਕੜੀ ਦਾ ਕੰਮ ਕਰਦਾ ਹੈ। ਥਰਡ ਆਪਣੇ ਕੋਲ ਆਂਦੇ ਸਿੱਖਿਆ ਸੰਬੰਧਿਤ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਆਪਣੇ ਅਧੀਨ ਸਕੂਲਾਂ 'ਚ ਲਾਗੂ ਕਰਨਾ। ਫਿਰ ਆਪਣੇ ਕੋਲ ਆਂਦੇ ਸੰਬੰਧਿਤ ਸਕੂਲਾਂ ਨਿਰੀਖਣ, ਨਿਗਰਾਨੀ ਤੇ ਅਗਵਾਈ ਵੀ ਕਲਸਟਰ ਦੁਆਰਾ ਇਹ ਕੀਤੀ ਜਾਂਦੀ ਹੈ ਐਂਡ ది ਲਾਸਟ ਵਨ ਇਜ਼ ਕੇ ਸੰਬੰਧਿਤ ਸਕੂਲਾਂ ਨੂੰ ਮਾਹਿਦ ਤੌਰ ਤੇ ਸਲਾਹ ਦੇਣਾ ਕਿ ਜੋ ਵੀ ਉਸੇ ਅਡੀੰਜੋ ਸਕੂਲ ਨੇ ਉਹਨਾਂ ਨੂੰ ਇਹ ਇੱਕ ਮਾਹਿਦ ਦੇ ਤੌਰ ਤੇ ਵੀ ਸਲਾਹ ਦੇਣ ਦਾ ਕੰਮ ਕਰ ਦਿਆ ਤਾਂ ਇਹ ਤਾਂ ਸੀਗੇ ਕਲਸਟਰ ਬਾਰੇ ਹੁਣ ਆਪਾਂ ਪੜਾਂਗੇ ਬੀਪੀਓ ਬਾਰੇ ਜਿਸ ਨੂੰ ਆਪਾਂ ਕਹਿੰਦੇ ਆ ਬਲੌਗ ਪ੍ਰਾਇਮਰੀ ਐਜੂਕੇਸ਼ਨ ਆਫੀਸਰ ਥੈਟ ਇਜ਼ ਕੇ ਬਲੌਗ ਪ੍ਰਾਇਮਰੀ ਸਿੱਖਿਆ ਕਰਾਂਗੇ ਥੈਟ ਇਜ਼ ਕੇ ਬਲੌਗ ਪ੍ਰਾਇਮਰੀ ਐਜੂਕੇਸ਼ਨ ऑफिसर ता ਇਸ ਆਪਣ ਨੂੰ ਦੋ ਗੱਲਾਂ ਯਾਦ ਰੱਖਣ ਵਾਲੀਆਂ ਨੇ ਸਭ ਤੋਂ ਪਹਿਲੀ ਤਾਂ ਇਹ ਕਿ ਜੋ ਬੀਪੀਓ ਹੈ ਉਹ ਬਲਾਕ ਦੇ ਪ੍ਰਾਇਮਰੀ ਸਕੂਲਾਂ ਦੀ ਅਗਵਾਈ ਕੰਟਰੋਲ ਤੇ ਜੋ ਨਿਰੀਖਣ ਹੈ ਉਹ ਸਾਰਾ ਇਸ ਦੁਆਰਾ ਹੀ ਕੀਤਾ ਜਾਂਦਾ ਆ ਸੈਕੰਡਲੀ ਇਸ ਕਿ ਪ੍ਰਾਇਮਰੀ ਸਕੂਲ ਦੇ ਜੋ ਸੀਐਚਟੀ ਐਚਟੀ ਦੇ ਡਿਸਕ સેంటర్ ਹੈ ਟੀਚਰ ਔਰ ਹੈਡ ਟੀਚਰ ਐਂਡ ਡੀਓ ਵਿਚਕਾਰ ਇਹ ਇੱਕ ਕੜੀ ਦਾ ਕੰਮ ਵੀ ਇਸ ਦੁਆਰਾ ਹੀ ਕੀਤਾ ਜਾਂਦਾ ਆ ਉਹਨਾਂ ਆਪਾਂ ਪੜਾਂਗੇ ਇਸ ਦੇ ਰੋਲ ਸਾਰੇ ਤਾਂ ਸਭ ਤੋਂ ਪਹਿਲਾ ਇਸ ਦਾ ਕੰਮ ਕੀ ਹੈ ਕਿ ਆਪਣੇ ਬਲਾਕ ਦੇ ਪ੍ਰਾਇਮਰੀ ਅਧਿਆਪਕਾਂ ਦੀਆਂ ਤਨਖਾਹ ਕਢਵਾਉਣਾ ਕਿ ਜੋ ਵੀ ਇਸ ਦੇ ਬਲਾਕ ਦੇ ਜਿਹੜੇ ਵੀ ਪ੍ਰਾਇਮਰੀ ਅਧਿਆਪਕ ਨੇ ਜੋ ਟੀਚਰਸ ਨੇ ਉਹਨਾਂ ਦੇ ਜੋ ਤਨਖਾਹ ਤਨਖਾਹ ਦਾ ਜੋ ਕੰਮ ਹੈ ਉਹ ਸਾਰੀ ਬੀਪੀਓ ਦੁਆਰਾ ਹੀ ਕਢਵਾਈਆਂ ਜਾਂਦੀਆਂ ਨੇ ਸੈਕਿੰਡ ਆਪਣੇ ਕੋਲ ਆਂਦਾ ਹੈ ਕਿ ਸਿੱਖਿਆ ਵਿਭਾਗ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਲਾਗੂ ਕਰਨਾ ਕਿ ਐਜੂਕੇਸ਼ਨ ਡਿਪਾਰਟਮੈਂਟ ਦੇ ਜੋ ਵੀ ਪਾਲਿਸੀਜ਼ ਐਂਡ ਪ੍ਰੋਗਰਾਮਸ ਹੁੰਦੇ ਨੇ ਜੋ ਕਿ ਇਸ ਦੇ ਹੀ ਸਕੂਲ ਦੇ ਅਧੀਨ ਆਉਂਦੇ ਨੇ ਸੇ ਆਪਣੇ ਅਧੀਨ ਸਕੂਲਾਂ ਦੇ ਉੱਤੇ ਲਾਗੂ ਵੀ ਬੀਪੀਓ ਦੁਆਰਾ ਹੀ ਕੀਤਾ ਜਾਂਦਾ ਆ। ਥਰਡ ਆਪਣੇ ਕੋਲ ਆਂਦੇ ਆ ਆਪਣੇ ਸੰਬੰਧਿਤ ਅਧਿਆਪਕਾਂ ਦੀ ਏਸੀਆਰਸ ਲਿਖਣਾ ਕਿ ਜੋ ਵੀ ਇਸੇ ਸੰਬੰਧਿਤ ਸਕੂਲਾਂ ਤੇ ਅਧਿਆਪਕ ਨੇ ਉਹਨਾਂ ਦੀ ਜੋ ਵੀ ਗੁਪਤ ਰਿਪੋਰਟਾਂ ਨੇ ਉਹ ਸਾਰੀ ਬੀਪੀਓ ਦੁਆਰਾ ਹੀ ਲਿਖਿਆ ਜਾਲੀਆਂ ਨੇ ਨੈਕਸਟ ਆਂਦੇ ਸਬੰਧਿਤ ਸਕੂਲ ਤੇ ਅਧਿਆਪਕਾਂ ਦੀ ਅਗਵਾਈ ਨਿਗਰਾਨੀ ਤੇ ਨਿਰੀਖਣ ਕਰਨਾ ਇਹ ਵੀ ਬੀਪੀਓ ਦਾ ਹੀ ਇੱਕ ਰੋਲ ਹੈ ਫਿਰ ਆਪਣੇ ਕੋਲ ਆਂਦਾ ਹੈ ਐਸਐਸਏ ਦੀਆਂ ਨੀਤੀਆਂ ਪ੍ਰੋਗਰਾਮਸ ਨੂੰ ਲਾਗੂ ਕਰਨਾ ਕਿ ਜੋ ਸਰ ਸਿੱਖਿਆ અભિયાન ਹੈ ਉਹਨਾਂ ਦੇ ਜੋ ਵੀ ਪੋਲਿਸੀਜ਼ ਔਰ ਜੋ ਉਸ ਦੇ ਪ੍ਰੋਗਰਾਮਸ ਨੇ ਉਹ ਵੀ ਬੀਪੀਓ ਦੁਆਰਾ ਹੀ ਲਾਗੂ ਕੀਤੇ ਜਾਂਦੇ ਨੇ ਫਿਰ ਆਪਣੇ ਕੋਲ ਆਂਦਾ ਹੈ ਜ਼ਿਲ੍ਹਾ ਸਿੱਖਿਆ ਦਫ਼ਤਰ एलिमेंटरी शिक्षा ਉਸ ਤੋਂ ਜੋ ਵੀ ਨਿਰਦੇਸ਼ ਜੋ ਪ੍ਰਾਪਤ ਹੁੰਦੇ ਨੇ ਔਰ ਜੋ ਵੀ ਉਪਰੋਂ ਹਦਾਇਤਾਂ ਆਉਂਦੀਆਂ ਨੇ ਉਹਨਾਂ ਨੂੰ ਜੋ ਵੀ ਬਲੌਕ ਦੇ ਸੰਬੰਧਿਤ ਸਕੂਲ ਹੁੰਦੇ ਨੇ ਉਹਨਾਂ ਤੱਕ ਵੀ ਬੀਪੀਓ ਦੁਆਰਾ ਹੀ ਕੀਤਾ ਜਾਂਦਾ ਆ ਫਿਰ ਆਪਣੇ ਕੋਲ ਆਂਦੀ ਹੈ ਪ੍ਰੀਖਿਆ ਪ੍ਰਵਾਨਗੀ ਦੇਣੀ दैट इज के ਸੰਬੰਧਿਤ ਅਧਿਆਪਕਾਂ ਨੂੰ ਆਪਣੀ ਅਗਲੀ ਰੀ ਪੜਾਈ ਜਾਰੀ ਰੱਖਣ ਲਈ ਪ੍ਰੀਖਿਆ ਪ੍ਰਵਾਨਗੀ ਵੀ ਬੀਪੀਓ ਦੁਆਰਾ ਹੀ ਦਿੱਤੀ ਜਾਂਦੀ ਹੈ ਅਤੇ ਲਾਸਟ ਟਾਈਮ ਆਪਨ ਕੋਲ ਆਂਦਾ ਹੈ ਜ਼ਿਲ੍ਹਾ ਸਿੱਖਿਆ ਦਫ਼ਤਰ ਦੁਆਰਾ ਮੰਗੀ ਗਈ ਸੂਚਨਾ ਅਤੇ ਡਾਕ ਸੰਬੰਧਿਤ ਸਕੂਲਾਂ ਤੋਂ ਇਕੱਠੀ ਕਰਕੇ ਜ਼ਿਲ੍ਹਾ ਦਫ਼ਤਰ ਤੱਕ ਪਹੁੰਚਾਉਣ ਦਾ ਕੰਮ ਵੀ BPO ਦੁਆਰਾ ਹੀ ਕੀਤਾ ਜਾਂਦਾ ਆ ਤਾਂ ਇਹ ਤਾਂ ਸੀਗੇ BPO ਦੇ ਰੋਲ ਹੁਣ ਆਪਾਂ ਪੜਾਂਗੇ ਸੈਂਟਰ ਹੈਡ ਟੀਚਰ ਬਾਰੇ ਹੁਣ ਆਪਾਂ ਗੱਲ ਕਰਾਂਗੇ CHT ਵਾਲੇ that is ਕਿ ਸੈਂਟਰ ਹੈਡ ਟੀਚਰ ਬਾਰੇ ਹੁਣ ਜੋ CHT ਹੁੰਦਾ ਆ ਉਹ ਬਲਾਕ ਸਿੱਖਿਆ ਅਫਸਰ ਅਤੇ ਉਸ ਦੇ ਅnder ਜੋ ਵੀ ਸਕੂਲ ਆਂਦੇ ਨੇ ਸੰਬੰਧਿਤ ਸਕੂਲ ਉਹਨਾਂ ਵਿੱਚਕਾਰ ਇਹ ਇੱਕ ਕੜੀ ਦਾ ਕੰਮ ਕਰਦਾ ਆ ਅਤੇ ਇਹ ਸੰਬੰਧਿਤ ਸਕੂਲਾਂ ਦਾ ਨਰੀਖਣ ਨਿਗਰਾਨੀ ਅਤੇ ਅਗਵਾਈ ਵੀ ਸੀਐਚਟੀ ਦੁਆਰਾ ਹੀ ਕੀਤੀ ਜਾਂਦੀ ਹੈ ਹੁਣ ਆਪਾਂ ਗੱਲ ਕਰਦੇ ਹੈਗੇ ਹੈ ਹੈਡ ਟੀਚਰ ਬਾਰੇ ਹੁਣ ਜੋ ਹੈਡ ਟੀਚਰ ਹੁੰਦਾ ਆ ਇਹ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਸੰਬੰਧਿਤ ਕਰਮਚਾਰੀਆਂ ਵਿਚਕਾਰ ਇਹ ਇੱਕ ਕੜੀ ਦਾ ਕੰਮ ਕਰਦਾ ਆ ਹੁਣ ਇਸ ਦੇ ਕੀ ਰੋਲਸ ਨੇ ਇਸੇ ਕੀ ਵਰਕਿੰਗ ਹੈਗੀ ਇਸ ਦੀ ਸਭ ਤੋਂ ਪਹਿਲਾਂ ਤਾਂ ਸਿੱਖਿਆ ਵਿਭਾਗ ਦੀਆਂ ਜੋ ਨੀਤੀਆਂ ਹੁੰਦੀਆਂ ਨੇ ਜੋ ਵੀ ਐਜੂਕੇਸ਼ਨ ਡਿਪਾਰਟਮੈਂਟ ਦੀ ਜੋ ਪੋਲਿਸੀਸ ਹੁੰਦੀਆਂ ਨੇ ਔਰ ਜੋ ਪ੍ਰੋਗਰਾਮ ਹੁੰਦੇ ਨੇ ਉਹਨਾਂ ਨੂੰ ਆਪਣੇ ਸਕੂਲ ਤੇ ਲਾਗੂ ਕਰਨ ਦਾ ਕੰਮ ਇੱਕ ਹੈਡ ਟੀਚਰ ਦਾ ਹੁੰਦਾ ਆ ਸੈਕੰਡ ਆਂਦੀ ਹੈ ਕਿ ਆ ਸਕੂਲ ਆਪਣੇ ਸਕੂਲ ਦੀਆਂ ਡੀਡੀਓ ਪਾਵਰਸ ਤਾਕਤਾਂ ਵੀ ਹੁੰਦੀਆਂ ਨੇ that is ਕਿ ਉਸ ਨੂੰ ਇਹ ਅਧਿਕਾਰ ਹੁੰਦਾ ਆ ਕਿ ਜੋ ਵੀ ਤਨਖਾਹਾਂ ਰਿਲੇਟਡ ਜੋ ਚੈਕਸ ਨੇ ਜੋ ਬਿਲਸ ਨੇ ਉਹਨਾਂ ਉੱਤੇ ਸਾਈਨ ਕਰਕੇ ਉਹ ਤਨਖਾਹ ਕਢਵਾ ਸਕਦਾ ਆ ਅਤੇ ਆਪਣੇ ਜੋ ਸਕੂਲ ਦੇ ਟੀਚਰਸ ਲੈ ਜੋ ਅਧਿਆਪਕ ਨੇ ਉਹਨਾਂ ਨੂੰ ਅੱਗੇ ਡਿਸਟ੍ਰਿਬਿਊਟ ਕਰ ਸਕਦਾ ਆ that is ਸੁਣਾਪਾ ਕਹਿੰਦੇ ਆ ਡੀ ਡੀਓ ਪਾਵਰਸ ਨੈਕਸਟ ਆਪਣਾ ਆਉਂਦੀ ਹੈਗੇ ਗ੍ਰਾਂਟਾਂ ਨੂੰ ਖਰਚ ਕਰਨਾ ਤੇ ਉਹਨਾਂ ਦਾ ਰਿਕਾਰਡ ਰੱਖਣਾ ਇਸ ਸਾਰਾ ਕੰਮ ਵੀ ਕ ਹੈ ਟੀਚਰ ਦਾ ਹੁੰਦਾ ਆ ਫਿਰ ਆਪਣੇ ਕੋ ਲਾਂਦੀ ਹੈ ਕਰਮਚਾਰੀਆਂ ਦੀ ਸਰਵਿਸ ਬੁੱਕ ਪੂਰੀਆਂ ਕਰਨੀਆਂ ਐਸਆਰ ਲਿਖਣੀਆਂ ਜਿਸ ਨੂੰ ਆਪਾਂ ਕਹਿੰਦੇ ਗੁਪਤ ਰਿਪੋਰਟਾਂ ਸਾਲਾਨਾ ਗੁਪਤ ਰਿਪੋਰਟਾਂ ਵੀ ਇੱਕ ਟੀਚਰ ਦੁਆਰਾ ਹੀ ਲਿਖੀਆਂ ਜਾਂਦੀਆਂ ਨੇ ਫਿਰ ਆਪਣੇ ਕੋ ਲਾਂਦਾ ਹੈ ਕਿ ਪ੍ਰੀਖਿਆ ਪ੍ਰਵਾਨਗੀ ਦੇਣਾ ਵਿਦਿਆਰਥੀ ਅਧਿਆਪਕ ਅਤੇ ਮਾਪਿਆਂ ਅਤੇ ਸਮੁਦਾਇ ਵਿਚਕਾਰ ਇੱਕ ਤਾਲਮੇਲ ਵੀ

ਸੋ ਇਸ ਪੂਰੇ ਸਟਰਕਚਰ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਇੱਕ ਸਿੱਖਿਆ ਮੰਤਰਾਲੇ ਤੋਂ ਲੈ ਕੇ ਇੱਕ ਹੈਡ ਟੀਚਰ ਤੱਕ ਇਹ ਸਾਰੇ ਬਹੁਤ ਇੰਪੋਰਟੈਂਟ ਰੋਲ ਜਿਹੜਾ ਹੈਗੇ ਉਹ ਪਲੇ ਕਰਦੇ ਨੇ ਸਿੱਖਿਆ ਨੂੰ ਸਕਸੈਸਫੁਲ ਬਣਾਉਣ ਦੇ ਲਈ ਉਸ ਦੀ ਜੋ ਪ੍ਰਸ਼ਾਸਨ ਹੈਗੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਸ ਨੂੰ ਪੂਰਾ ਅੱਛੇ ਉਸ ਨਾਲ ਲਾਗੂ ਕਰਨ ਦੇ ਲਈ ਸੋ ਇਹਦਾ ਸਹੀ ਜੋ ਸਟਰਕਚਰਲ ਜੋ ਉਸ ਦਾ ਐਜੂਕੇਸ਼ਨ ਦਾ ਐਡਮਿਨਿਸਟ੍ਰੇਸ਼ਨ ਹੈਗੀ ਆ ਸਟੇਟ ਲੈਵਲ ਦੇਤੇ ਹੁਣ ਆਪਾਂ ਮਿਲਦੇ ਹੈਗੇ ਆਪਣੇ ਨੈਕਸਟ ਵੀਡੀਓ ਵਿੱਚ ਵਿਦ ਇਨ ਨੈਕਸਟ ਚੈਪਟਰ ਗੁੱਡ ਬਾਏ ਐਂਡ ਥੈਂਕ ਯੂ